दीपक, लग गया हो चाचा जी। सत श्री अकाल चाचा जी। सत श्री अकाल भाई। अब बह जाओ जी। बैठे भाई पानी लेके आई ना? बस भाई पानी का। ओ भाई मैं जाया उन्हां दे घरे। हां जी चाचा जी। ਉਹ ਬੁੜੀ ਨਹੀਂ ਭਾਈ ਮੰਨਦੀ ਤੇ ਸਾਰਾ ਹੋਰ ਤਾਂ ਭਾਈ ਪਰਿਵਾਰ ਸਾਰਾ ਨਰਮ ਹੈ ਉਹਨਾਂ ਦਾ ਤੇ ਇਕੱਲੀ ਬੁੜੀ ਨਹੀਂ ਮੰਨ ਰਹੀ ਭਾਈ। ਉਹ ਕਹਿੰਦੇ ਵੀ ਸਾਰਾ ਪਰਿਵਾਰ ਕਹਿੰਦਾ ਵੀ ਅਸੀਂ ਭਾਈ ਮਾਫੀ ਮੰਗ ਲੈਨੇ ਆ। ਚਾਚਾ ਜੀ ਇੱਕ ਗੱਲ ਕਹਾਂ, ਮਾਫੀ ਤਾਂ ਉਹਨਾਂ ਦਾ ਟੱਬਰ ਪਹਿਲਾਂ ਵੀ ਮੰਗ ਗਿਆ, ਉਹ ਰਣਦੀਪ ਤੇ ਭੂਆ ਆਈਆਂ ਸੀਗੀਆਂ, ਕਹਿੰਦੀ ਭਾਈ ਸਾਨੂੰ ਮਾਫ ਕਰ ਦੇ, ਉਹਦੀ ਜਗ੍ਹਾ ਤੇ ਅਸੀਂ ਮਾਫੀ ਮੰਗਦੇ ਆ। ਦੇਖੋ ਤੁਸੀਂ ਆਪ ਸਿਆਣੇ ਹੋ, ਉਹ ਮਾਫੀ ਮੰਗ ਲੈਣਗੇ, ਉਹਦੀ ਆਕੜ ਤਾਂ ਉੱਡੀ ਰਹੂ ਨਾ, ਉਹ ਫੇਰ ਕੱਲ ਨੂੰ ਗਲਤੀ ਕਰੂ। ਮੈਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਵੀ ਤੁਸੀਂ ਮਾਫੀ ਮੰਗਣ ਦਾ ਆ ਗਏ, ਤੁਹਾਡੇ ਕਹੇ ਦੇ ਮੈਂ ਪਹਿਲ ਨਹੀਂ ਕਰਦੀ, ਪਰ ਦੂਜ ਮੈਂ ਛੱਡਦੀ ਨਹੀਂ। ਉਹੀ ਗੱਲ ਹੋਈ, ਉਹ ਘਰੇ ਨਹੀਂ ਵੜੀਆਂ, ਪਹਿਲਾਂ ਉਹਨੇ ਜਾ ਕੇ ਆਡਾ ਲਾ ਲਿਆ ਮੇਰੇ ਨਾਲ ਉੱਥੇ ਰੂੜੀਆਂ ਦੇ ਵਿੱਚ। ਕੀ ਗੱਲ ਚਾਚਾ ਜੀ, ਜੇ ਹੁਣ ਉਹਨਾਂ ਨੇ ਨੀਵੇਂ ਕਰੀ ਜਾਵਾਂਗੇ ਫਿਰ ਉਹਦੀ ਆਕੜ ਤੇ ਤਾਂ ਕੋਈ ਅਸਰ ਨਹੀਂ ਨਾ, ਉਹਦੀ ਧੌਂਚ ਕਿਲਾ ਤਾਂ ਉੱਡਾ ਹੀ ਰਿਹਾ। ਉਹ ਤਾਂ ਭਾਈ ਠੀਕ ਹੈ ਤੁਹਾਡੀ ਗੱਲ, ਦੇਖ ਲਓ ਭਾਈ ਉਹਨਾਂ ਤੋਂ ਮਾਫੀ ਮੰਗਾ ਦਿੰਦੇ ਆ ਫਿਰ ਹੋਰ ਕੀ ਹੈ। ਚਾਚਾ ਜੀ ਦੇਖੋ ਮੈਨੂੰ ਤਾਂ ਨਹੀਂ ਇਹ ਗੱਲ ਚੰਗੀ ਲੱਗਦੀ ਵੀ ਬਾਰ ਬਾਰ ਮੈਂ ਉਹਨਾਂ ਦੇ ਹਾੜੇ ਕਢਾਵਾਂ, ਬਾਕੀ ਰਹੀ ਗੱਲ ਇਹਨਾਂ ਨੂੰ ਆ ਜਾਣ ਦਿਓ, ਇਹ ਘਰੇ ਨਹੀਂ ਹੈਗੇ, ਸਲਾਹ ਕਰਕੇ ਤੁਹਾਨੂੰ ਦੱਸ ਦਾਂਗੇ ਜਿਵੇਂ ਬਣੂਗੀ। ਚਲੋ ਠੀਕ ਹੈ ਭਾਈ ਦੇਖ ਲਓ, ਉਹ ਪਰਿਵਾਰ ਭਾਈ ਸਾਰਾ ਨਰਮ ਹੈ, ਉਹ ਕੋਈ ਉਹਨਾਂ ਚ ਵਿਰੋਧ ਵਾਲਾ ਨਹੀਂ। ਓਹੋ ਚਾਚਾ ਜੀ ਇਹ ਤਾਂ ਸਾਨੂੰ ਵੀ ਪਤਾ ਹੈ ਪਰਿਵਾਰ ਨਰਮ ਹੈ, ਇਹ ਤਾਂ ਇਹ ਹੈ ਨਹੀਂ ਸੀਗੇ ਘਰੇ, ਜੇ ਹੁੰਦੇ ਨਾ ਤੁਹਾਡੇ ਤੱਕ ਗੱਲ ਪਹੁੰਚਣ ਦੀ ਲੋੜ ਵੀ ਨਹੀਂ ਸੀ ਪੈਣੀ, ਇਹ ਤਾਂ ਅਸੀਂ ਆਪੀ ਨਵੇੜਾ ਕਰ ਲੈਂਦੇ, ਨਾਲ ਇਹਨਾਂ ਦੀ ਮਾਸੀ ਇਹਨਾਂ ਨੂੰ ਕੀ ਠਿੱਠ ਕਰਦੀ, ਇਹ ਤਾਂ ਇੱਥੇ ਹੋਣੀ ਨਹੀਂ ਸੀ। ਨਾ ਭਾਈ ਇਹੋ ਜਿਹਾ ਕੰਮ ਨਹੀਂ ਕਰਨਾ, ਤੇ ਕੋਈ ਗੱਲ ਨਹੀਂ ਭਾਈ ਚਲੋ ਠੀਕ ਆ ਜਾਂਦੇ ਭਾਈ ਨੂੰ। ਕੋਈ ਨਾ ਚਾਚਾ ਜੀ ਸਲਾਹ ਕਰਕੇ ਦੱਸ ਦਾਂਗੇ ਤੁਹਾਨੂੰ। ਠੀਕ ਹੈ ਭਾਈ ਠੀਕ ਹੈ ਜੀ। ਲੈ ਅਗਰ ਸਾਰਾ ਟੱਬਰ ਤੋਂ ਮਾਫੀ ਮੰਗਾ ਦਾਂਗੇ। ਲੈ ਟੱਬਰ ਕੀ ਕਰੂ ਮਾਫੀ ਮੰਗ ਕੇ, ਨਾ ਉਹ ਮਾਸੀ ਦੇ ਧੌਣ ਚ ਕਿਲਾ ਤਾਂ ਉੱਡਾ ਹੀ ਰਹੂ, ਕੱਢਣਾ ਤਾਂ ਮਾਸੀ ਦੇ ਧੌਣ ਦਾ ਕਿਲਾ, ਇਹ ਇੰਨਾ ਤੋਂ ਨਹੀਂ ਨਿਕਲਦਾ, ਮੈਂ ਹੀ ਕੱਢੂ। ਚਾਚਾ ਭਿੰਦਰ ਕਿਵੇਂ ਸਾਡੇ ਘਰੋਂ ਤੁਰਿਆ ਜਾਂਦਾ, ਦੇਖਦੇ ਆ ਕਰੇ ਕੀ ਗੱਲਬਾਤ ਹੋਈ ਹੈ। ਮੈਨੂੰ ਤਾਂ ਗੁੱਸਾ ਚੜਿਆ ਪਿਆ, ਪਤਾ ਨਹੀਂ ਇਹਦੀ ਇਹਨਾਂ ਦੀ ਮਾਸੀ ਦਾ ਕਦੋਂ ਫਾਹਾ ਵੱਢਿਆ ਜਾਊਗਾ। ਜੈ ਰੋਈ ਦੀ ਲੈ ਇੱਥੇ ਕੁੱਤਾ ਬਹਿ ਜਾਂਦਾ ਰੋਜ਼ ਹੀ ਜੈ ਖਾਣੇ ਤੇ, ਮੈਂ ਤਾਂ ਅੰਦਰ ਜਾ ਕੇ ਬਹਿਨੀ ਆ। ਨੀਆ ਚਾਚਾ ਭਿੰਦਰ ਕਿਵੇਂ ਆਪਣੇ ਘਰੋਂ ਨਿਕਲਿਆ ਜਾਂਦਾ ਸੀ, ਕੀ ਚੰਦ ਚਾੜਦਾ? ਲੋ ਮੈਂ ਕੀ ਚੰਦ ਚਾੜਨਾ, ਆਖੇ ਮੈਨੂੰ ਪੁੱਛਦਾ ਕੀ ਚੰਦ ਚਾੜਦਾ, ਨਾ ਤੁਸੀਂ ਬਾਹਰ ਹੀ ਰਿਹਾ ਕਰੋ, ਤੁਸੀਂ ਮੇਰੀ ਖਬਰਦਾਰ ਨਾ ਲਿਆ ਕਰੋ, ਮੈਨੂੰ ਜੇ ਕੋ ਮਾਰ ਕੇ ਸੱਟ ਦੇ ਉੱਥੇ। ਨਹੀਂ ਮੈਂ ਤਾਂ ਬਾਹਰੇ ਵਗ ਗਿਆ, ਫਿਰ ਜੇ ਮੈਂ ਬਾਹਰੇ ਵਗ ਗਿਆ ਤੂੰ ਐ ਲੋਕਾਂ ਨਾਲ ਉਹ ਕਰਦੀ ਫਿਰੇਂਗੀ? ਨਾ ਮੈਂ ਕੀ ਕਰਤਾ ਲੋਕਾਂ ਨਾਲ, ਉਸ ਤਾਂ ਕਰੇ ਹੋ ਜਿਹੜਾ ਚਾਚਾ ਘਰੋਂ ਗਿਆ ਗਾ। ਪੂਰੀ ਗੱਲ ਤਾਂ ਸੁਣ ਲਿਆ ਕਰੋ, ਪਹਿਲਾਂ ਹੀ ਆ ਕੇ ਲੱਟੀਆਂ ਤੋੜਾਉਣ ਲੱਗ ਜਾਂਦੇ ਹੋ, ਉਹ ਤਾਂ ਇਹਨਾਂ ਦੀ ਇਹ ਜਿਹੜੇ ਨਵੇਂ ਸਰਪੰਚ ਬਣੇ ਨੇ ਤੁਹਾਨੂੰ ਪਤਾ ਤਾਂ ਹੈਗਾ ਵੀ ਚਾਚੇ ਭਿੰਦਰ ਨੇ ਨਾਲ ਲੱਗ ਕੇ ਜਿੱਤੇ ਆਏ ਨੇ ਇਹ ਪੈਸੇ ਲਾ ਕੇ, ਤੁਸੀਂ ਆਪ ਸਿਆਣੇ ਹੋ, ਉਹ ਉਹਨਾਂ ਦੀ ਮਾਸੀ ਜੀ ਮੇਰੇ ਨਾਲ ਖੌਰਾ ਕੱਢਦੀ ਹੈ, ਮੈਨੂੰ ਐਂ ਦਿਖਾਉਂਦੀ ਹੈ ਵੀ ਅਸੀਂ ਸਰਪੰਚ ਹੀ ਜਿੱਤ ਗਏ ਵੀ ਤੁਸੀਂ ਹਾਰ ਗਏ, ਨਾ ਹਾਰ ਜਿੱਤ ਤਾਂ ਬਣੀ ਆਈ, ਰਹਿੰਦਾ ਖੁੰਦਾ ਮੇਰੇ ਨਾਲ ਜੱਪ ਪਾ ਲਿਆ ਉੱਥੇ। ਤੂੰ ਪਹਿਲਾਂ ਕੁਝ ਕਿਹਾ ਹੋਊਗਾ ਪੱਕਾ? ਉਹ ਮੈਂ ਤਾਂ ਕੁਝ ਨਹੀਂ ਕਿਹਾ, ਤੁਹਾਨੂੰ ਪਤਾ ਮੈਂ ਪੈਰ ਨਹੀਂ ਕਰਦੀ ਤਾਂ ਦੂਜ ਮੈਂ ਛੱਡਦੀ ਨਹੀਂ, ਫਿਰ ਬਿਨਾ ਕਹੇ ਐਂ ਕੋਈ ਕਿਵੇਂ ਕੁਝ ਕਹਿ ਦੂ ਆਪਾਂ ਨੂੰ? ਉਹ ਬਹੁਤ ਚੰਦਰੀ ਤੀਵੀ ਆ, ਸੁਣ ਕੇ ਦੇਖਿਓ ਆਣ ਗਵਾਣ ਤੋਂ ਬਹੁਤ, ਉਹ ਤਾਂ ਆਪਦੇ ਗਵਾਂਢੀਆਂ ਨਾਲ ਕਹਿੰਦੇ ਲੜਕੀ ਆਈ ਹੋਈ ਹੈ। ਬਿਨਾ ਕਹੇ ਮੈਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ, ਮੈਂ ਤਾਂ ਥਾਉ ਥਾਂ ਤੋਂ ਰਿਹਾ ਫਿਰਦਾ। ਲਓ ਤੁਸੀਂ ਆਪ ਸਿਆਣੇ ਹੋ, ਮੈਂ ਵੀ ਬਿਨਾਂ ਕਹੇ ਕਿਸੇ ਨਾਲ ਲੜਦੀ ਨਹੀਂ, ਨਾ ਹੀ ਅਗਲਾ ਮੈਨੂੰ ਜੇ ਕਹੂਗਾ ਫੇਰ ਹੀ ਲੜੂੰਗੀ ਮੈਂ, ਜੇ ਉਹਨੇ ਮੈਨੂੰ ਕਿਹਾ ਫਿਰ ਮੈਂ ਫੜ ਲਈ। ਕੋਈ ਨਹੀਂ ਫਿਰ ਕਰ ਲੈਨੇ ਗੱਲ ਦਾ ਪਤਾ ਲੱਗ ਜੂ, ਪਤਾ ਕੀ ਨਾ ਪਹਿਲਾਂ ਕਰ ਲਓ ਕਰ ਲਓ, ਤੁਸੀਂ ਤਾਂ ਮੇਰੇ ਦੇ ਚੜਨਾ ਹੁੰਦਾ ਆ ਕੇ। ਤੂੰ ਪਹਿਲਾਂ ਕੁਝ ਕਿਹਾ ਹੋਇਆ ਤੇਰੇ ਗਿੱਟੇ ਛਾਂਗੂ ਮੈਂ। ਲਓ ਮੇਰੇ ਤੇ ਚੜ ਜਾ ਕਰੋ, ਤੇਰੇ ਗਿੱਟੇ ਛਾਂਗੂ ਨਾ ਲੋਕਾਂ, ਤੁਸੀਂ ਵੀ ਉਹਨਾਂ ਨਾਲ ਰਲ ਜਾਓ, ਉਹਨਾਂ ਦੀ ਮਾਸੀ ਨਾਲ ਰਲ ਜਾਓ, ਨਾਲ ਉਹਦਾ ਤੈਨੂੰ ਪਤਾ ਸਾਰਾ ਟੱਬਰ ਮੇਰੇ ਹੱਥ 'ਚ ਬੈਠਾ। ਨਾਲ ਤੈਨੂੰ ਪਤਾ ਹੈ ਜਿਹਦੀ ਗਲਤੀ ਹੁੰਦੀ ਹੈ ਮੈਂ ਉਹਦੇ ਵੱਧ ਲਾਉਣਾ।
ਕੋਈ ਗੱਲ ਨੀ, ਜੇ ਮੇਰੀ ਗੱਲ ਹੋਈ ਨਾ ਮੇਰੇ ਲਾ ਲਿਓ। ਪਹਿਲਾਂ ਉਹਨੇ ਮੈਨੂੰ ਦੇਖ ਕੇ ਖੰਗੂਰਾ ਮਾਰਿਆ, ਨਾਲੇ ਕੀਤੀਆਂ ਦੋ ਚਾਰ ਗੱਲਾਂ ਇਹੋ ਜਿਹੀਆਂ ਮੇਰੇ ਹੱਟ ਤੇ ਵੱਜੀਆਂ। ਪਰ ਤੁਹਾਨੂੰ ਪਤਾ ਫਿਰ ਆਪਾਂ ਵੀ ਫਿਰ ਬੈਲੀ ਆ, ਪਰ ਮੈਂ ਕਹਾਉਂਦੀ ਨੀ ਹੁੰਦੀ ਕਿਸੇ ਤੋਂ। ਕੋਈ ਨੀ, ਜੇ ਉਹਦੀ ਗਲਤੀ ਹੋਈ ਉਹਦੇ ਹੋਰ ਨਹੀਂ, ਤੈਨੂੰ ਵੱਢੂ ਜਾ ਕੇ। ਕੋਈ ਨਾ, ਵੱਢ ਦਿਓ ਹੁਣ। ਪਹਿਲਾਂ ਆ ਕੇ ਚਾਹ ਪਾਣੀ ਪੀਓਗੇ ਕਿ ਬਸ ਇੱਥੇ ਲੜਨਾ ਹੀ ਆ? ਨਹੀਂ ਆ। ਲੈ ਆ ਜੈ ਰੋਏ ਦਾ ਇਧਰੋਂ ਬੰਦ ਕਰਤਾ। ਲਿਆ ਪਾਣੀ ਹੁਣ ਛੇਤੀ, 2 ਘੰਟੇ ਹੋ ਗਏ ਤੁਰਦੀ ਨਹੀਂ ਹੈਗੀ। ਤੁਹਾਡੇ ਵੀ ਪੱਲੇ ਸਬਰ ਨਹੀਂ ਹੈਗਾ ਜਮਾ ਵੀ। ਪੀ ਲਓ। ਤੂੰ ਮੈਨੂੰ ਸੱਚੀ ਸੱਚੀ ਗੱਲ ਦੱਸ ਦੇ, ਪਹਿਲਾਂ ਤੂੰ ਤਾਂ ਨਹੀਂ ਕੋਈ ਛਿੰਝ ਛੇੜੀ? ਓਹੋ, ਮੈਂ ਕੋਈ ਛਿੰਝ ਨਹੀਂ ਛੇੜੀ। ਤੁਸੀਂ ਆਣ ਗਵਾਂਢ ਤੋਂ ਪਤਾ ਕਰ ਲਿਓ, ਤੁਹਾਨੂੰ ਸਾਰਾ ਪਤਾ ਲੱਗ ਜੂ। ਸਾਰੇ ਪਿੰਡ 'ਚ ਤਾਂ ਗੱਲ ਉੱਡੀ ਪਈ ਆ ਵੀ ਸਰਪੰਚਾਂ ਦੀ ਉਹ ਮਾਸੀ ਜੀ ਜਿਹੜੀ ਆਈ ਹੋਈ ਆ, ਤੇ ਭਾਈ ਬੈਲੀਆਂ ਦੀ ਨੂੰਹ ਦੀ ਇੰਨੀ ਇੰਨੀ ਲੜਾਈ ਪਈ ਆ ਕਿ ਪਾਥੀਆਂ ਦੇ ਵਿੱਚ। ਆਪਣਾ ਨਾ ਪੀੜੀਆਂ ਤੋਂ ਨਾ ਚੱਲਦਾ ਆਉਂਦਾ ਪਿੰਡ 'ਚ, ਕੋਈ ਬਿਨਾਂ ਗੱਲ ਤੋਂ ਤਾਂ ਕੋਈ ਵੀ ਪੰਗਾ ਨਹੀਂ ਰਹਿੰਦਾ। ਜੇ ਕੋਈ ਗੱਲ ਵੀ ਹੋਵੇ ਨਾ ਅਗਲਾ ਤਾਂ ਵੀ ਪਾਸਾ ਵੱਟ ਕੇ ਲੰਘ ਜਾਂਦਾ ਵੀ ਬੈਲੀਆਂ ਦੇ ਆਉਂਦੇ ਆ। ਉਹ ਸਾਰੇ ਪਿੰਡ ਨੂੰ ਪਤਾ, ਕੋਈ ਆਪਣੇ ਨਾਲ ਪੰਗਾ ਨਹੀਂ ਲੈਂਦਾ। ਇਹ ਤਾਂ ਬਾਹਰੋਂ ਆਈ ਹੋਈ ਆ, ਇਹਨੂੰ ਆਇਆ ਵੀ ਮੈਂ ਹੀ ਪਤਾ ਨਹੀਂ ਆ। ਇਹ ਤਾਂ ਆਪਦੇ ਗੁਆਂਢੀਆਂ ਦੀ ਬਹੂ ਦਾ ਸਿਰ ਪਾੜ ਕੇ ਆਈ ਹੋਈ ਆ। ਇਹਨੂੰ ਆਏ ਆ ਵੀ ਮੈਂ ਉੱਥੇ ਸਿਰ ਪਾੜ ਆਈ, ਮੈਂ ਇੱਥੇ ਵੀ ਚੌਧਰ ਚਲਾ ਲੂੰਗੀ, ਪਰ ਮੈਂ ਵੀ ਬੈਲੀਆਂ ਦੀ ਨੂੰ ਆ, ਚੱਲਣ ਮੈਂ ਵੀ ਨਹੀਂ ਦਿੱਤੀ। ਤੂੰ ਦੱਸ ਦੇ ਕੁਛ ਕੀਤਾ ਤਾਂ ਨਹੀਂ ਪਹਿਲਾਂ? ਉਹ ਰੱਬਾ ਨਹੀਂ ਕੀਤਾ, ਤੈਨੂੰ ਤਾਂ ਮੇਰੇ 'ਚ ਹੀ ਗਲਤੀਆਂ ਲਿਖਦੀਆਂ ਰਹਿੰਦੀਆਂ ਨੇ। ਪਹਿਲਾਂ ਐਂ ਦੱਸੋ, ਜਿਹੜੇ ਕੰਮ ਤੁਸੀਂ ਗਏ ਸੀ ਉਹ ਬਣ ਗਿਆ? ਆਹੋ ਤਾਂ ਬਣ ਗਿਆ। ਚਲੋ ਸ਼ੁਕਰ ਹੈ ਬਣ ਗਿਆ। ਆਹ ਤਾਂ ਤੁਸੀਂ ਆਪੇ ਪੁੱਛ ਲਿਓ, ਤੁਸੀਂ ਚਾਚਾ ਜੀ ਤੋਂ ਪੁੱਛ ਲਿਓ ਬਸ। 10 ਸਾਲਾਂ ਦੀ ਬਣੀ ਸਰਪੰਚ ਐਵੇਂ ਮਿੱਟੀ 'ਚ ਨਾ ਮਿਲਾ ਦੀ ਤੂੰ। ਓਹੋ, ਮੈਨੂੰ ਵੀ ਪਤਾ ਵੀ ਆਪਣੀ ਬਣੀ ਹੋਈ ਹੈਗੀ ਸਾਰੇ ਪਿੰਡ 'ਚ ਵੀ 10 ਸਾਲ ਤੋਂ ਆਪਾਂ ਸਰਪੰਚ ਹੀ ਕਰਦੇ ਆਉਂਦੇ ਆ। ਆ ਤਾਂ ਇਹ ਧੋਖੇ ਨਾਲ ਜਿੱਤ ਗਏ, ਚੱਲ ਆਪਾਂ ਨੂੰ ਕੋਈ ਗੁੱਸਾ ਵੀ ਨਹੀਂ ਵੀ ਚੱਲ ਇੱਕ ਵਾਰ ਵਗ ਗਈ, ਅਗਲਾ ਵਗ ਗਈ, ਕੋਈ ਗੱਲ ਨੀ, ਮੁੜਦੇ ਵਾਰ ਆਪਣੇ ਕੋਲੇ ਆ ਜੂਗੀ। ਇਹ ਤਾਂ ਉਹਨਾਂ ਦੀ ਮਾਸੀ ਦੇ ਧੌਣ 'ਚ ਕਿੱਲਾ ਜਿਹੜਾ ਕੱਢਣਾ ਆ। ਕੋਈ ਨੀ, ਬਸ ਫਿਰ ਤੇਰੀ ਗਲਤੀ ਨਾ ਹੋਵੇ, ਧੌਣ 'ਚੋਂ ਕਿੱਲਾ ਤਾਂ ਕੱਢ ਦਾਂਗੇ, ਅੱਗੇ ਵੀ ਬਹੁਤਿਆਂ ਦੇ ਕੱਢੀ ਆ। ਬਸ ਫਿਰ ਠੀਕ ਹੈ, ਗਲਤੀ ਮੇਰੀ ਨਿਕਲਦੀ ਨੀ। ਜੇ ਮੇਰੀ ਗਲਤੀ ਨਾ ਨਿਕਲੀ ਫਿਰ ਨਾਲ ਮੇਰੇ ਨਾਲ ਨਾ ਫਿਰ ਖੜਨਾ ਪਊਗਾ ਤੁਹਾਨੂੰ, ਮੋਢੇ ਨਾਲ ਮੋਢਾ ਲਾ ਕੇ ਖੜੂੰਗਾ। ਪਰ ਜੇ ਤੇਰੀ ਗਲਤੀ ਹੋਈ ਤੈਨੂੰ ਵੱਢੂ। ਠੀਕ ਹੈ ਵੱਢ ਲਿਓ, ਪਰ ਮੇਰੀ ਪਹਿਲਾਂ ਮੈਂ ਗਲਤੀ ਨਹੀਂ ਕੀਤੀ, ਬਾਅਦ 'ਚ ਫਿਰ ਦੂਜੇ ਮੈਂ ਛੱਡੀ ਨਹੀਂ ਹੈਗੀ, ਪਰ ਮੈਂ ਕੁੱਟੀ ਵੱਧ ਫੜ। ਕੋਈ ਗੱਲ ਨਹੀਂ, ਲੱਗ ਜੂ ਪਤਾ ਆਂਢ ਗਵਾਂਢ ਤੋਂ। ਚਲੋ ਠੀਕ ਆ, ਹੁਣ ਚਾਹ ਬਣਾ ਕੇ ਲਿਆਵਾਂਗੇ, ਰੋਟੀ ਖਾਓਗੇ? ਚਾਹ ਰੋਟੀ ਤਾਂ ਕੁਛ ਨਹੀਂ ਲੰਘਦੀ ਗੱਲ 'ਚੋਂ, ਜਿੰਨਾ ਚਿਰ ਆਏ ਨਹੀਂ ਪਤਾ ਲੱਗਦਾ ਗੱਲ ਕੀ ਹੋਈ ਆ। ਮੈਂ 2 ਦਿਨ ਘਰੋਂ ਕੀ ਵਗ ਗਿਆ, ਹੋਰ ਹੀ ਪੰਗੇ ਪਾ ਕੇ ਰੱਖਤੇ। ਮੈਂ ਕੀ ਕਿਹਾ, ਤੂੰ ਤਾਂ ਮੇਰੇ ਮਗਰ ਪੈ ਜਾਂਦੇ ਹੋ, ਕਰ ਲਿਓ ਪਤਾ। ਮੈਂ ਤਾਂ ਇਹ ਪੁੱਛਦੀ ਸੀ ਵੀ ਭੁੱਖੇ ਆਏ ਹੋ, ਬਾਹਰ ਕੀ ਪਤਾ ਰੋਟੀ ਮਿਲੀ ਹੋਊ ਚੱਜ ਦੀ ਕਿ ਨਾ ਮਿਲੀ ਹੋਊਗੀ। ਰੋਟੀਆਂ ਸਾਰਾ ਕੁਝ ਮਿਲਦਾ ਬਾਹਰ, ਪਰ ਜਿਹੜੇ ਘਰੇ ਪੰਗੇ ਪਏ ਆ ਉਹ ਉਹਨਾਂ ਦਾ ਕੀ ਕਰਾਂ, ਕਰਕੇ ਆਉਣਾ ਮੈਂ ਪਤਾ ਉਹਨਾਂ ਦੇ ਘਰੇ ਜਾਣਾ, ਫਿਰ ਵੱਢੂ ਤੈਨੂੰ ਆ ਕੇ। ਬਾਈ ਦੋ ਮੇਰ ਮੈਂ ਕਿਹੜਾ ਗਲਤੀ ਕੀਤੀ ਹੈ? ਕੋਈ ਨਾ ਤਾਂ ਲੱਗ ਜੂ ਪਤਾ ਗਲਤੀ ਕਿਹਦੀ ਆ, ਕਰ ਲਓ ਪਤਾ। ਜਾਓ ਲੈ, ਮੈਂ ਕਿਹੜਾ ਕੋਈ ਗਲਤੀ ਕੀਤੀ ਹੈ, ਨਾਲੇ ਮੇਰੀ ਕਿਹੜਾ ਕੋਈ ਗਲਤੀ ਹੈ। ਆਪੇ ਹੋ ਸਕਦੇ ਪੈਣਗੇ ਛਿੱਤਰ, ਲੱਗੂ ਪਤਾ ਬੁੜੀ ਨੂੰ ਹੁਣ। ਭੂਆ ਅੱਜ ਸਬਜ਼ੀ ਕਾਹਦੀ ਬਣਾਵਾਂਗੇ? ਸਬਜ਼ੀ ਕਾਹਦੀ ਦੱਸਾਂ, ਕਾਸੇ ਦੀ ਹੈ ਹੀ ਨਹੀਂ, ਉਹ ਪਤਾ ਨਹੀਂ ਕਿੱਧਰ ਤੁਰ ਗਏ, ਉਹ ਭਿੰਦਰ ਦੇ ਮੰਗਰੀ। ਹਾਂ ਉਹਨਾਂ ਨੂੰ ਜਾਂ ਫੋਨ ਕਰਦੇ, ਪਾਲੀ ਨੂੰ ਲਾਇਓ ਕਾਸੇ ਨੇ ਕਾਸੇ ਦੀ। ਲੈ ਮੈਂ ਕਾਹਤੇ ਫੋਨ ਕਰਾਂ, ਹੁਣ ਮੇਰੇ ਕੋਲੇ ਕਿਹੜਾ ਨੋਕ ਹੀ ਹੈਗਾ। ਉਹ ਤਾਂ ਲੈ ਲਾ ਅੰਦਰ ਬੈਠੀ ਜੀ। ਮੈਂ ਨਹੀਂ ਉਹਦੇ ਮੱਥੇ ਲੱਗਦੀ, ਮੈਂ ਤਾਂ ਚਾਹ ਵੀ ਨਹੀਂ ਫੜਾਈ ਅੱਜ 2 ਵਾਲੀ। ਫੜਾਈ ਨਹੀਂ, ਚੰਗਾ ਹੋ ਗਿਆ। ਅੱਜ ਨਾ ਆਏ ਕਰੀ ਭੂਆ, ਬੋਲੀ ਨਾ ਤੂੰ। ਜਦੋਂ ਉਹਨੂੰ ਰੋਟੀ ਫੜਾਉਣ ਲੱਗੀ ਨਾ, ਮੈਂ ਚਮਚਾ ਮਿਰਚਾਂ ਦਾ ਘੋਲ ਉਹਦੀ ਕੌਲੀ ਚ ਸਬਜ਼ੀ ਵਾਲੀ ਚ ਪਾ ਦੀ। ਆਹੋ ਫਿਰਦੀ ਰਹੂਗੀ ਭੱਜੀ ਆਪੇ, ਆਈ ਲੋਟ ਆਊਗੀ ਇਹ। ਇਹ ਤਾਂ ਚੰਗੇ ਖਾਣੇ ਦੇ ਦਾਣੇ ਦੇ ਦੇ, ਆਪਾਂ ਆਹੋ ਚਮੜਾ ਲਈ ਜਮਾ ਸਿਰ ਚੜ ਗਈ। ਉਹੀ ਤਾਂ ਗੱਲ ਹੈ। ਆਹੋ ਤਾਂ ਹੀ ਤਾਂ ਜੀ ਜੀ ਤੋਂ ਲਾਂਬੇ ਦਵਾਈ ਜਾਂਦੇ। ਮੈਨੂੰ ਤਾਂ ਭਿੰਦਰ ਤੋਂ ਬਾਹਲੀ ਸ਼ਰਮ ਆਵੇ, ਵਖ ਦੇਖ ਲਾ ਸਿਆਣਾ ਮਿਆਣਾ ਮੁੰਡਾ ਆਇਆ ਤੇ ਦੇਖੀ ਉਹਦੇ ਗੱਲ ਪੈ ਗਈ। ਪਰ ਇਹਨੂੰ ਕਿਹੜਾ ਫਰਕ ਪੈਂਦਾ, ਜੇ ਤਾਂ ਇਹਨੂੰ ਕੋਈ ਫਰਕ ਪੈਂਦਾ ਹੋਵੇ ਫੇਰ ਹੀ ਆ। ਫੇਰ ਹੀ ਸਹੀ ਗੱਲ। ਆਹੋ ਆਈ ਨੀ ਸ਼ਰਮ ਮੰਨੀ ਵੀ ਐਡੀ ਦਾੜੀ ਵਾਲਾ ਆਇਆ ਵਿਚਾਰਾ, ਵੀ ਉਹਦੀ ਰੱਖ ਦਿਆਂ ਮੈਂ ਮਾੜੀ ਮੋਟੀ। ਨਾ ਨਾ ਰੱਖਣ ਕਿੱਥੇ ਜਾਣ ਦੀ ਏ। ਹਾਂ ਪਾਲੀ, ਉਹ ਪਾਲੀ।
ਨੀ ਕਰੇ ਆ ਉਹ ਦੀਪ ਆਉਂਦਾ ਨੀ ਉਹਨਾਂ ਦਾ ਆ ਜਾ ਨੀ ਹੁਣ ਠੱਗ ਗਈ ਪਵਾੜਿਆਂ ਦੀ ਜੜ ਨੂੰ ਆ ਮੁੰਡੇ ਦਾ ਤਾਂ ਸੁਭਾਅ ਬਾਲਾ ਗੰਦਾ ਇਹਨਾਂ ਦੇ ਦਾ ਖੜੀ ਹੋ ਨੀ ਉਹ ਦੀਪ ਆ ਗਿਆ ਉਹਨਾਂ ਦਾ ਉਹਦੇ ਘਰ ਵਾਲਾ ਮਨਪ੍ਰੀਤ ਦੇ ਕਰ ਗੱਲ ਖੜੀ ਹੋ ਜਾ ਹੁਣ ਤੁਸੀਂ ਨਾ ਬੋਲੋ ਮੈਂ ਆਪੇ ਬੋਲੂੰਗੀ ਅਸੀਂ ਤਾਂ ਨਾ ਬੋਲਾਂਗੇ ਉਹਨਾਂ ਦਾ ਸੁਭਾਅ ਪਤਾ ਮੁੰਡੇ ਦਾ ਕਿੱਡਾ ਗੰਦਾ ਆ ਮਾਪੇ ਜਾ ਤੁਸੀਂ ਗੱਲ ਤੁਸੀਂ ਨਾ ਬੋਲੇ ਵਿੱਚ ਅਸਾਂ ਬੋਲਦੇ ਨਹੀਂ ਅਸਾਂ ਦੇਖਾਂਗੇ ਫੜ ਕੇ ਤੇਰੇ ਪੈਣ ਦੇ ਹਾਂ ਆ ਜਾ ਜਾ ਪੁੱਤ ਮਾਸਾ ਦੇਖਾਂਗੇ ਲੈ ਕਹਿੰਦੀਆਂ ਕਿ ਬੇਬੇ ਕਿ ਮੁੰਡਾ ਆ ਗਿਆ ਤੂੰ ਸਮਝੀ ਮੈਂ ਹੀ ਸਮਝੂਗੀ ਤੁਸੀਂ ਪਾਸੇ ਰਹੋ ਮਾਪੇ ਕਰ ਲੂ ਮੁੰਡੇ ਨਾਲ ਗੱਲਬਾਤ ਆ ਜਾ ਪੁੱਤ ਕਿਵੇਂ ਆ ਮਾਸੀ ਠੀਕ ਆ ਪੁੱਤ ਹੋਰ ਠੀਕ ਠਾਕ ਆ ਤੂੰ ਹਾਂ ਠੀਕ ਆ ਮੈਂ ਤਾਂ ਤੇ ਤੂੰ ਕਿੱਥੇ ਗਿਆ ਸੀਗਾ ਪੁੱਤ ਮੈਂ ਤਾਂ ਬਾਹਰ ਕੰਮ ਗਿਆ ਸੀ ਕੋਈ ਅੱਛਾ ਤਾਂ ਹੀ ਇੱਥੇ ਉਹ ਗੱਲ ਗਲੀ ਸੁਣਨੀ ਪਈ ਸੀ ਮੈਂ ਆਖਿਆ ਖਨੀ ਕਿੱਧਰ ਭਾਗ ਗਿਆ ਮੁੰਡਾ ਤਾਂ ਗਲੀ ਤਾਂ ਸੁਣਨੀ ਪਈ ਸੀ ਤੁਸੀਂ ਕੀ ਉਹ ਕਰਤਾ ਕੀ ਕਿਵੇਂ ਮੇਰੇ ਘਰ ਵਾਲੀ ਨਾਲ ਸਿੰਘ ਫਸਾ ਰੱਖਿਆ ਤੂੰ ਸਿੰਘ ਪੁੱਤ ਮੈਂ ਨਹੀਂ ਫਸਾਈ ਗਏ ਸਿੰਘ ਉਹ ਤਾਂ ਬਸ ਸਾਡੀ ਤੁਰੀ ਜਾਂਦੀਆਂ ਦੀ ਮਾੜੀ ਜੀ ਲੜਾਈ ਜੀ ਬਣ ਗਈ ਉਹਨੇ ਤਾਂ ਬਾਹਲੀ ਵਧਾ ਲਈ ਗੱਲ ਮੈਂ ਭਲਾ ਉਹੀ ਗੱਲ ਸਿਆਣੀ ਬਿਆਣੀ ਉਹਦੇ ਨਾਲ ਕੀ ਸਿੰਘ ਫਸਾ ਲੂੰਗੀ ਉਹਦਾ ਤੇ ਮੇਰਾ ਕੀ ਕਰਿਆਗਾ ਗੱਲ ਦੱਸ ਤੂੰ ਮੈਨੂੰ ਸਾਰੀ ਕੀ ਹੋਈ ਆ ਗੱਲ ਸਾਰੀ ਕੀ ਹੋਣੀ ਸੀ ਪੁੱਤ ਬਸ ਨਾ ਉਹ ਤੁਰੀ ਜੇ ਜਾਂਦੀ ਸੀਗੀ ਤੇ ਮੇਰੇ ਮਨ ਵਿਆਹ ਕੇ ਖੰਗੂਰਾ ਮਾਰਿਆ ਆ ਕੇ ਤੂੰ ਜਿੱਤ ਗਈ ਅੱਛਾ ਤੇ ਜਿੱਤ ਗਈ ਕਿ ਮੈਂ ਆਖਿਆ ਭਾਈ ਪਹਿਲਾਂ ਤੁਸੀਂ ਸਰਪੰਚੀ ਕਰ ਲਈ ਹੁਣ ਅਸੀਂ ਕਰ ਲਈ ਤੇ ਫੇਰ ਕਿੱਡੀ ਕੁ ਗੱਲ ਆ ਗਈ ਮਖਾਂ ਉਹ ਤਾਂ ਲੋਕਾਂ ਨੇ ਜਿਤਾਉਣਾ ਹੈ ਉਹ ਤਾਂ ਲੋਕਾਂ ਨੇ ਜਿਤਾਉਣਾ ਗਾ ਚੱਲ ਅੱਗੇ ਤੁਸੀਂ ਸਰਪੰਚ ਬਣ ਗਏ ਸੀ ਹੁਣ ਚੱਲ ਅਸੀਂ ਬਣ ਗਏ ਹਾਂ ਫੇਰ ਸਰਪੰਚੀ ਦੀ ਕੀ ਗੱਲ ਸੀਗੀ ਉਹ ਤਾਂ ਧੰਨਵਾਦ ਕਰਨ ਗਈ ਸੀ ਉੱਥੇ ਇੱਕ ਦੋ ਬੁੜੀਆਂ ਨੂੰ ਅੱਛਾ ਤੇ ਉਹ ਤਾਂ ਮੇਰੇ ਭਾਈ ਮਾਗਰ ਪੈ ਗਈ ਗਾਲਾਂ ਦੁੱਪੜਾ ਦੇਣ ਲੱਗ ਗਈ ਜਦੋਂ ਉਹ ਮੈਨੂੰ ਚਿੰਬੜ ਗਈ ਮੈਂ ਉਹਨੂੰ ਚਿੰਬੜ ਗਈ ਮਾੜਾ ਮੋਟਾ ਪੁੱਤ ਉਹਨੂੰ ਸਮਝਾ ਕੇ ਰੱਖਿਆ ਕਰ ਉਹ ਤਾਂ ਬਾਲੀ ਤੇਜ ਆ ਗਈ ਨਹੀਂ ਪਹਿਲਾਂ ਉਹਨੇ ਤੈਨੂੰ ਕੁਝ ਕਿਹਾ ਸੀ ਕਿ ਤੂੰ ਕੁਝ ਕਿਹਾ ਸੀ ਉਸੇ ਨੇ ਕਿਹਾ ਸੀ ਪੁੱਤ ਮੈਂ ਤਾਂ ਬੋਲੀ ਨਹੀਂ ਮੈਂ ਤਾਂ ਦੱਸੀ ਤੈਨੂੰ ਵੀ ਮੈਂ ਸਿਆਣੀ ਬਿਆਣੀ ਕੀ ਕਹੂੰਗੀ ਉਹਦੇ ਨਾਲ ਮੇਰੀ ਕੀ ਬਰਾਬਰੀ ਹੈ ਵਿਚਾਰੀ ਨਾਲ ਹਾਂ ਇਹ ਤਾਂ ਗੱਲ ਆ ਵੀ ਤੂੰ ਸਿਆਣੀ ਬਿਆਣੀ ਬੁੜੀ ਆ ਹਾਂ ਧੌਲਾ ਝੱਟ ਆਗਾ ਤਾਂ ਹੀ ਨਾਲੇ ਧੌਲਾ ਝੱਟ ਪੁੱਤ ਮੈਂ ਕੀ ਕਹੂੰਗੀ ਹਾਂ ਹਾਂ ਨਾਲ ਮੇਰਾ ਤਾਂ ਉਹਦਾ ਕੀ ਧਰਿਆਗਾ ਉਹਦਾ ਨਵਾਂ ਹਾਲ ਮੈਂ ਪੁਰਾਣੀ ਬੁੜੀ ਹਾਂ ਇਹ ਤਾਂ ਗੱਲ ਸਹੀ ਆ ਪਰ ਪਹਿਲਾਂ ਬਸ ਗਲਤੀ ਨਾ ਹੋਵੇ ਤੇਰੀ ਮਾਸੀ ਨਾ ਨਾ ਪੁੱਤ ਮੇਰੀ ਕੋਈ ਗਲਤੀ ਨਹੀਂ ਗੀ ਤੂੰ ਮੇਰਾ ਪੁੱਤ ਆਗਾ ਮੈਂ ਤੇਰੇ ਕੋਲੇ ਝੂਠ ਨਹੀਂ ਬੋਲਦੀ ਲੈ ਪੁੱਤ ਇੱਕ ਗੱਲ ਤੈਨੂੰ ਮੈਂ ਹੋਰ ਦੱਸਦੀ ਹੈਗੀ ਮੈਂ ਤਾਂ ਉਹਨੂੰ ਵਿਚਾਰੀ ਨੂੰ ਕੁਛ ਨਹੀਂ ਆਖਿਆ ਉਹ ਤਾਂ ਨਾ ਗਲ ਚ ਪਾਲੀ ਚੁੰਨੀ ਤੇ ਇੱਥੇ ਗਲੀਆਂ ਦੇ ਵਿੱਚ ਗੇੜੇ ਦਿੰਦੀ ਫਿਰੀ ਹੈਗੀ ਅੱਛਾ ਮਾਸੀ ਇੰਨਾ ਕੁਛ ਕਰਦੀ ਫਿਰਦੀ ਉਹ ਮੇਰੇ ਮਗਰੋਂ ਤੇ ਹੋਰ ਪੁੱਤ ਇੱਕ ਨਾ ਉਹ ਮੇਰੇ ਤੇ ਤਾਂ ਐਂ ਕਰੜਾ ਗਈ ਉਹ ਨਾ ਇੱਥੋਂ ਦੀ ਨੰਗੀ ਜਾਂਦੀ ਸੀ ਸਿਰ ਤੇ ਉਹਦੇ ਚੁੰਨੀ ਹੈ ਨਹੀਂ ਸੀ ਮੈਂ ਆਖਿਆ ਪੁੱਤ ਤੂੰ ਪਿੰਡ ਦੀ ਨੋਤੀ ਹੈਗੀ ਤੇ ਸਿਰ ਤੇ ਚੁੰਨੀ ਲੈ ਲਾ ਕੁਛ ਤਾਂ ਮੇਰੇ ਤੇ ਐਂ ਘਬਰਾ ਗਈ ਉਹ ਹਾਂ ਹਾਂ ਮਾਸੀ ਸਾਡਾ ਇੱਜ਼ਤਦਾਰਾਂ ਦਾ ਪ੍ਰਭਾਰ ਆ ਸਾਰੇ ਪਿੰਡ 'ਚ ਤੈਨੂੰ ਪਤਾ ਹੀ ਆ ਸਾਡੀ ਕਿੰਨੀ ਬਣੀ ਆ ਤੂੰ ਉਹੀ ਤਾਂ ਪੁੱਤ ਮੈਂ ਉਹਨੂੰ ਕਹਿੰਦੀ ਸੀਗੀ ਮਹਾ ਪੁੱਤ ਸਿਰ ਤੇ ਚੁੰਨੀ ਲਈਦੀ ਹੁੰਦੀ ਹੈਗੀ ਤੇ ਇੰਨੇ 'ਚ ਬਸ ਉਹ ਤਾਂ ਭਾਈ ਮੇਰੇ ਤੇ ਵਰਖਲਾਪ ਹੋ ਗਈ ਪੁੱਤ ਮੇਰੇ ਨਾਲ ਡਾਹ ਡਹਾਈ ਹੋਈ ਗਈ ਹੈਗੀ ਅੱਛਾ ਆਹੀ ਗੱਲੋਂ ਤੇਰੇ ਨਾਲ ਲੜ ਪਈ ਆਹ ਗੱਲੋਂ ਲੜੀ ਆ ਪੁੱਤ ਮੈਂ ਤਾਂ ਤੇਰੇ ਘਰੇ ਆਉਣਾ ਸੀ ਕੋਲੇ ਅੱਛਾ ਤੇ ਮੈਨੂੰ ਤਾਂ ਇੱਥੇ ਖੜੀ ਸੀ ਇੱਕ ਭੈਣ ਉਹਨੇ ਦੱਸਤਾ ਕਹਿੰਦੀ ਉਹ ਤਾਂ ਹੈ ਨਹੀਂ ਨਾ ਜਾ ਲੰਬਾ ਲੈ ਕੇ ਤੂੰ ਮੈਂ ਤਾਂ ਹੁਣੀ ਆਇਆ ਸੀ ਮੈਨੂੰ ਤਾਂ ਹੁਣੀ ਆਏ ਤੋਂ ਗੱਲ ਪਤਾ ਲੱਗੀ ਆ ਤੇ ਹੋਰ ਇੱਕ ਕਹਿੰਦੀ ਤੂੰ ਜਾਲੀ ਬੋਟਾ ਪਵਾਤੀਆਂ ਤੂੰ ਆਏ ਕਰਤਾ ਬਸ ਮੇਰੇ ਨਾਲ ਤਾਂ ਹੀ ਲੜ ਪਈ ਪੁੱਤ ਉਹ ਚੱਲ ਕੋਈ ਗੱਲ ਨਹੀਂ ਮੈਂ ਜਾ ਕੇ ਕਰਦਾ ਘਰੇ ਗੱਲ ਉਹਦੇ ਨਾਲ ਹੁਣ ਸਿਆਣੀ ਬਿਆਣੀ ਆ ਪੁੱਤ ਮੇਰਾ ਤੇ ਉਹਦਾ ਕੀ ਧਰੇਗਾ ਤੂੰ ਆਪ ਹੀ ਸਿਆਣਾ ਹਾਂ ਇਹਦਾ ਗੱਲ ਸਹੀ ਆ ਮਾਸੀ ਤੇਰੀ ਤਾਂ ਹੀ ਤਾਂ ਕਹਿੰਦੇ ਆਂਗੇ ਤੇ ਕੋਈ ਨਹੀਂ ਮੈਂ ਬਾਲਾ ਘਬਰਾਈਦਾ ਨਹੀਂ ਹੁੰਦਾ ਪੁੱਤ ਮੈਂ ਤਾਂ ਉਹਨੂੰ ਕੀ ਕਹਿਣਾ ਸੀਗਾ ਬਸ ਆ ਇੱਕ ਦੋ ਗੱਲਾਂ ਜੀਆਂ ਚਿੱਟੋ ਗੱਲ ਦਾ ਆਪਾਂ ਪਤਾ ਕਰਾਂਗੇ ਨਾ ਕਿਹਦੇ ਚ ਕਿੰਨੀ ਗਲਤੀ ਆ ਹਾਂ 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 ਇਹ ਤਾਂ ਪਤਾ ਕਰਨ ਦਾ ਹੱਕ ਬਣਦਾ ਪੁੱਤ ਜਾ ਕੇ ਕਰਦਾ ਮੈਂ ਘਰੇ ਗੱਲ ਉਹਦੇ ਨਾਲ ਕੋਈ ਨਹੀਂ ਪੁੱਤ ਚੰਗਾ ਪੁੱਤ ਬੁਮਾ ਆਈ ਵੀ ਕਹਿ ਬੈਠੀ ਮਹਾ ਪੁੱਤ ਵੀ ਉਹ ਤਾਂ ਸਿਰ ਤੇ ਚੁੰਨੀ ਲਾਹੀ ਫਿਰਦੀ ਸੀ ਉਹ ਮੈਂ ਤਾਂ ਸਾਰੀਆਂ ਗੱਲਾਂ ਹੀ ਉਲਟ ਕਰਤੀਆਂ ਜੇ ਇਹਨੇ ਪਤਾ ਕਰ ਲਿਆ ਫਿਰ ਮੈਂ ਹੀ ਫਸੂੰਗੀ ਚੱਲ ਦੇਖੀ ਜਾਊਗੀ ਕੀ ਬਣੂਗਾ ਊਂ ਤਾਂ ਮੈਂ ਗਲਤ ਹੀ ਕਹਿਤੀ ਗੱਲ ਇਹ ਜੇ ਇਹਨੇ ਪਤਾ ਕਰ ਲਿਆ ਤੇ ਮੁੰਡਾ ਇਹ ਮੈਨੂੰ ਅੜ ਬੱਖ ਦਾ ਲੱਗਿਆ ਤੇ ਕਿਤੇ ਕੋਈ ਹੋਰ ਜੱਬ ਨਾ ਪੈ ਜੇ ਆ ਜਾ ਨੀ ਰੰਦੀਪ ਹਾਂ ਹਾਂ ਮਾਸੀ ਮੈਂ ਤਾਂ ਆ ਕੀ ਕੰਮ ਕਰਤਾ ਮੈਂ ਕੰਮ ਕੀ ਕਰਨਾ ਸੀਗਾ ਉਹਨੂੰ ਵਿਚਾਰੇ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਪੜਾਤੀਆਂ
ਜੇ ਭਲਾ ਉਹਨੇ ਮਨਪ੍ਰੀਤ ਸਿੱਟ ਲਈ ਘਰੇ ਜਾ ਕੇ ਫੇਰ ਤਾਂ ਸਿੱਟ ਲੂ ਤਾਂ ਸਿੱਟ ਲੈ ਫਿਰ ਖੈਰ ਤੇਰੀ ਵੀ ਨਹੀਂ ਤੁਸੀਂ ਟੋਕਰੇ ਨਾ ਨੱਪੀ ਸੀ ਉਹਨੇ ਤੈਨੂੰ ਟੋਕਰੇ ਨਾ ਨੱਪਿਆ ਸੀ ਘਰੇ ਆ ਕੇ ਮੈਨੂੰ ਘਰੇ ਆ ਕੇ ਕੁੱਟਿਆ ਤਾਂ ਸੀਗਾ ਉਹਨੇ ਮੰਜੇ ਤੇ ਸਿੱਟ ਲਈ ਸੀਗੀ ਪਾਣੀ ਮਿੱਠੋ ਮਾਸੀ ਉਹਨੂੰ ਲਾਲਾ ਹੁਜਾ ਹੁਣ ਢਿੱਡ ਹੌਲਾ ਹੋ ਗਿਆ ਤੇਰਾ ਮੇਰਾ ਤਾਂ ਕੀ ਢਿੱਡ ਹੌਲਾ ਹੋਣਾ ਗਾ ਹਜੇ ਵੇਖੋ ਕੀ ਬਣਦੀ ਗੱਲ ਉਹ ਮੁੰਡੇ ਦਾ ਸੁਭਾਅ ਬਾਹਲਾ ਅੜਬਾ ਜਿੰਨਾ ਵੀ ਕਹਿ ਦੇ ਓਨਾ ਹੀ ਅੜਬਾ ਤੇ ਜੇ ਮੈਂ ਤਾਂ ਐ ਅੰਦਰ ਬੜੀ ਸੀ ਤੈਨੂੰ ਲੈ ਕੇ ਵੀ ਝੱਟ ਦੇਖਾਂਗੇ ਇਹਦੇ ਮਾੜੀਆਂ ਮੋਟੀਆਂ ਲੱਗਣਗੇ ਛਿੱਤਰ ਨਹੀਂ ਉਹ ਤਾਂ ਆਈ ਨੀ ਪਤਾ ਰਣਦੀਪ ਉਹਨੂੰ ਮਾੜਾ ਜਿਹਾ ਲੱਗ ਜਾਣ ਦੇ ਪਤਾ ਉਹ ਆਏ ਨੀ ਬੰਦਾ ਵਿਸ਼ਵਾਸ ਕਰਦਾ ਤੇਰੇ ਤੇ ਉਹ ਤਾਂ ਖੋਣੀ ਕਿਤੋਂ ਕਿਤੋਂ ਖੋਜਾਂ ਕੱਢੂਗਾ ਹਾਂ ਮੈਨੂੰ ਲੱਗਿਆ ਜਿਵੇਂ ਭੈੜਾ ਜਾ ਹੁੰਦਾ ਭੈੜਾ ਬਥੇਰਾ ਤੇ ਜੇ ਫਿਰ ਖੈਰ ਤੇਰੀ ਵੀ ਨਹੀਂ ਹੁਣ ਚੱਲ ਕੋਈ ਨੀ ਗਾ ਖੈਰ ਨੀ ਤਾਂ ਮੈਨੂੰ ਕਿਹੋ ਵਿਚਾਰਾ ਮਾਰ ਦੂਗਾ ਮੇਰੇ ਜੋ ਅੱਖਾਂ ਵਰਗਾ ਜੱਸੇ ਵਰਗਾ ਗਾ ਐ ਕਿ ਮੈਂ ਮੈਨੂੰ ਕੁਛ ਕਹਿ ਦੂਗਾ ਉਹ ਬੈਲੀ ਐ ਇਹ ਕੋਈ ਨੀ ਬੈਲੀ ਐ ਤਾਂ ਹਾਂ ਬੈਲੀਆਂ ਦਾ ਲਾਣਾ ਚੱਲ ਕੋਈ ਨੀ ਬੈਲੀਆਂ ਦਾ ਲਾਣਾ ਤਾਂ ਫੇਰ ਕੀ ਹੁੰਦਾ ਗਾ ਮੈਨੂੰ ਅੱਖ ਜੀ ਮੁੰਡਾ ਜੀ ਗਹਿਰੀ ਜੀ ਲੱਗੀ ਮੈਨੂੰ ਉਹ ਮੋਕ ਦੀ ਤਾਂ ਫਿਰ ਮਾਰਦੀ ਫਿਰਦੀ ਐ ਤੂੰ ਨਾ ਨਾ ਮੈਂ ਤਾਂ ਕਿਵੇਂ ਮਾਰੂੰਗੀ ਮੋਕ ਹੁਣ ਬਾਹਰ ਨਹੀਂ ਨਿਕਲਦੀ ਤੂੰ ਤਾਂ ਅੰਦਰ ਹੀ ਬੈਠੀ ਐ ਕੱਲ ਦੀ ਨੀ ਛੱਡੋ ਪਰੇ ਬਿੰਦਰੇ ਭੈੜਾ ਹੋਊਗਾ ਆਪਦੇ ਘਰੇ ਹੋਊਗਾ ਆਪਣੇ ਤੇ ਕੀ ਕੰਧ ਡੇਗ ਜੂਗਾ ਉਹ ਮੋਕ ਮੂਕ ਤਾਂ ਮੈਂ ਕੋਈ ਮਾਰਦੀ ਨੀ ਮੈਂ ਤੂੰ ਆਉਂਦੀ ਸੀ ਮੈਂ ਮੇਰੇ ਕੋਲ ਫੋਨ ਆਇਆ ਸੀ ਮੈਂ ਮਿਲਣਾ ਉਹਦੇ ਨਾਲ ਮੈਂ ਜਵਾਕ ਜਿਲ੍ਹੇ ਦਾ ਪਤਾ ਲਿਆਉਂਦੀ ਕਿੰਨਾ ਚਿਰ ਹੋ ਗਿਆ ਮੈਨੂੰ ਇੱਥੇ ਬੈਠੀ ਨੂੰ ਉਦਾਂ ਦੀ ਤਾਂ ਤੂੰ ਮਿਲੀ ਨਾ ਅੱਜ ਤੈਨੂੰ ਮਿਲਣਾ ਯਾਦ ਆ ਗਿਆ ਉਹਨਾਂ ਨੂੰ ਉਹ ਵੋਟਾਂ ਦੇ ਸਮਾਨ ਚ ਤੁਰੀ ਫਿਰੀ ਅੱਜ ਡਰ ਗਈ ਨਾ ਡਰੀ ਹੈ ਇਹ ਡਰਦੀ ਡੁਰਦੀ ਨਹੀਂ ਹਾਂ ਅਸੀਂ ਉਹਨਾਂ ਟਾਈਮ ਨਹੀਂ ਜਾਣ ਦਿੰਦੇ ਜਿੰਨਾ ਟਾਈਮ ਆਪਣੇ ਦੇ ਪੈਰ ਹੀ ਨਹੀਂ ਡਿੱਗਦੀ ਤੂੰ ਸਮਝੋ ਤਾਂ ਪੈਰ ਪੋਣਾ ਤੈਂ ਭਰਪੂਰ ਤਾਂ ਮੈਂ ਕੋਈ ਕਿਸੇ ਦੇ ਫੜਦੇ ਨਹੀਂ ਮੈਨੂੰ ਥਾਣੇ ਚ ਦੇਣੇ ਮਨਜ਼ੂਰ ਆ ਪੈਸੇ ਪਰ ਕਾਹ ਤੋਂ ਜਾਨੀ ਆ ਫਿਰ ਛੱਡ ਕੇ ਕਿਉਂ ਭਜਦੀ ਮੈਦਾਨ ਛੱਡ ਕੇ ਨਾ ਭੱਜ ਹੁਣ ਭੱਜ ਭੁੱਜ ਦਿੰਦੀ ਮੈਂ ਤੁਸੀਂ ਇਹ ਦਰਚੋ ਕਰ ਦਿਓ ਗੱਲ ਤੇ ਪਰ ਮੈਂ ਤਾਂ ਆਇਆ ਸੀ ਮੈਂ ਕਿਹਾ ਚਲੋ ਕੁੜੀ ਨੇ ਫੋਨ ਲਾਇਆ ਸੀ ਮੈਂ ਜਵਾਖਾਂ ਜਿਹਨਾਂ ਦਾ ਪਤਾ ਲਿਆਉਂਦੀ ਕਾਹ ਦਿਨ ਹੋ ਗਏ ਫੋਨ ਲਾਇਆ ਪਰਸੋਂ ਲਾਇਆ ਸੀਗਾ ਤੇ ਫਿਰ ਅੱਜ ਯਾਦ ਆ ਗਿਆ ਦੇਖ ਲਾ ਤਾਂ ਮੈਨੂੰ ਉਹ ਬੈਠੀ ਬੈਠੀ ਦੇ ਆ ਗਿਆ ਮਾ ਚੱਲ ਮੈਂ ਜਾਈ ਆ ਮਾ ਆਹੋ ਉਹ ਜਾਇਆ ਮੈਂ ਬਈ ਮੈਂ ਤੈਨੂੰ ਕਹਿਤਾ ਮਾਸੀ ਚੁੱਪ ਕਰਕੇ ਅਗਲੇ ਦੇ ਘਰੇ ਵਗ ਜਾ ਸਿੱਧੀ ਡੰਡੀ ਲੱਗ ਤੇ ਪੈਰੀ ਡਿੱਗ ਉੱਥੇ ਮੈਂ ਤਾਂ ਭਾਈ ਘਰੇ ਤਾਂ ਕਿਸੇ ਦੇ ਨਹੀਂ ਜਾਂਦੀ ਗਾ ਅਗਲਾ ਮੇਰੇ ਘਰੇ ਆਵੇ ਜਿੰਨਾ ਚਿਰ ਸਮਝੌਤਾ ਨਹੀਂ ਹੁੰਦਾ ਉਹਨਾਂ ਨਾਲ ਉਹਨਾਂ ਚਿਰ ਕਿਸੇ ਪਾਸੇ ਨਾ ਟੱਪ ਜੀ ਕਿਸੇ ਨੰਦ ਕੋਲੇ ਨਾ ਕਿਸੇ ਨੰਦ ਅੱਗੇ ਕੋਲੇ ਆ ਪੈਰੀ ਹੱਥ ਅਸੀਂ ਵਗ ਚੱਲਨੇ ਆ ਨਾ ਹਾਂ ਲਾ ਦੇ ਲਾ ਦੇ ਅਗਲੇ ਤੋਂ ਮਾਫੀ ਮੰਗ ਲਾ ਹੱਥ ਜੋੜ ਕੇ ਵੀ ਮੇਤੋਂ ਹੋ ਗਈ ਗਲਤੀ ਤੇ ਬਸ ਚੜ ਜੀ ਉਧਰ ਤੂੰ ਕੋਲ ਮੈਂ ਸੋਹਣੀ ਲੱਗੂੰਗੀ ਹੱਥ ਮਾਫੀਆਂ ਮੰਗਦੀ ਹੱਥ ਜੋੜ ਕੇ ਮੈਂ ਕਾਹ ਤੋਂ ਹੱਥ ਜੋੜ ਕੇ ਮਾਫੀਆਂ ਮੰਗਾ ਸੋਡੇ ਵਾਲੀ ਜੰਮੀ ਹੱਦ ਲਈ ਜਿਹੜੇ ਪੰਗੇ ਲਏ ਤੇ ਉਹ ਤਾਂ ਸੋਹਣੀ ਲੱਗਦੀ ਐ ਵੇਖੀ ਜਾਊਗੀ ਕੀ ਬਣੂਗਾ ਹਾਂ ਹੁਣ ਤਾਂ ਸੋਹਣੀ ਨਹੀਂ ਲੱਗਦੀ ਉਹ ਤਾਂ ਸੋਹਣੀ ਲੱਗਦੀ ਐ ਆਹੋ ਆਹੋ ਵੇਖੀ ਜਾਊ ਕੀ ਬਣੂਗਾ ਵੀ ਬੇਬੇ ਆ ਜੂਗੀ ਕੱਲ ਨੂੰ ਮਾਫੀ ਉਹ ਮੰਗ ਲੂ ਕਿ ਅਸੀਂ ਕਿਉਂ ਮਾਫੀ ਮੰਗਦਾ ਸਾਡਾ ਟੈਂਗਾ ਕਿ ਮਾਫੀ ਸੀ ਤੇ ਫਿਰ ਮੈਂ ਕੁਛ ਉੱਥੋਂ ਛੋਟੀ ਬੋਟੀ ਹੈਗੀ ਵੀ ਮੈਂ ਮਾਫੀ ਮੰਗਦੀ ਫਿਰਾਂ ਮੈਂ ਵੀ ਉਹੀ ਗੱਲ ਬੁੜੀ ਹੈਗੀ ਜੀ ਮੈਂ ਕਿ ਮੈਂ ਮੱਕੂ ਛੋਟੇ ਅਸੀਂ ਕਿ ਸਾਡੀ ਕਿਹੜਾ ਕੋਈ ਇੱਜ਼ਤ ਨਹੀਂ ਅਸੀਂ ਤੇਰੀਆਂ ਕਰੀਆਂ ਅਸੀਂ ਭਰਦੇ ਫਿਰ ਕੇ ਅਸੀਂ ਨਹੀਂ ਬਈ ਭਰਦੇ ਭੁਰਦੇ ਫਿਰ ਹੁਣ ਤੂੰ ਇਹਨਾਂ ਨਾਲ ਆਜ ਬਣੀ ਆਪਣੇ ਮੇੜੂਗੀ ਬਸ ਫਿਰ ਨਮੇੜ ਲੈ ਹਾਂ ਹੁਣ ਤੂੰ ਇਹਨਾਂ ਨਾਲ ਮੱਥਾ ਲਾਇਆ ਤੁਸੀਂ ਉਹ ਕਰ ਲਿਆ ਹਣੇ ਤਾਂ ਇੱਕ ਟਲ ਗਿਆ ਨਹੀਂ ਦੋ ਹੁੰਦੇ ਸਾਡੇ ਸਿਰ ਤੇ ਇੱਥੇ ਆਹੋ ਚੱਲ ਕੋਈ ਨਹੀਂ ਕੁਛ ਨਹੀਂ ਹੁੰਦਾਗਾ ਤੁਸੀਂ ਆਪਦਾ ਕੰਮ ਕਰੋ ਤੇ ਮੈਂ ਜਾਣਾ ਤੈਨੂੰ ਗੱਡੀ ਤੇ ਛੱਡ ਆਵਾਂਗੇ ਅਸੀਂ ਨਾਲੇ ਤੇ ਲੀੜਾ ਕੱਪੜਾ ਸਾਰਾ ਕੁਝ ਤੇ ਮੈਂ ਐ ਕਹਿਣੀ ਆ ਤੂੰ ਜਾ ਉਹਨਾਂ ਦੇ ਘਰੇ ਮਾਫੀ ਮੰਗ ਕੇ ਆ ਨਾ ਭਾਈ ਮੈਂ ਨਹੀਂ ਜਾਂਦੀ ਗੀ ਹਣੇ ਤਾਂ ਤੂੰ ਉਹਨਾਂ ਦੇ ਘਰੇ ਹੋਰ ਪਵਾੜਾ ਪਵਾਦਾ ਹੁਣ ਐ ਨਹੀਂ ਪਤਾ ਕੀ ਬਣ ਕੇ ਖੜਾ ਹਾਂ ਜੇ ਉਹ ਮੁੰਡੇ ਨੇ ਉਹ ਬਹੂ ਜਾ ਕੇ ਕੁੱਟੀ ਫੇਰ ਉਹ ਤੇਰੀ ਗੁੱਤਨੀ ਫੜੂਗੀ ਆ ਕੇ ਚੱਲ ਆ ਜਾਂਦੇ ਫਿਰ ਕਰ ਲਾਂਗੇ ਗੱਲ ਹਣੇ ਭਾਈ ਲੋਕ ਆਂਡ ਕਮਾਂਡ ਐ ਕਹਿੰਦੇ ਨੇ ਵੀ ਇਹਨਾਂ ਨੂੰ ਕਿਹਨੇ ਸਰਪ
ਪੰਚ ਹੀ ਫੜਾਤੀ ਇੱਥੇ ਜਲੂਸ ਤਾਂ ਇਹਨਾਂ ਨੇ ਆਪਦਾ ਸਾਰੇ ਪਿੰਡ ਚ ਖੰਡਿਆ ਰੱਖਿਆ ਪਹਿਲਾਂ ਉਹ ਤਾਂ ਮਾਮੀ ਧਨ ਦੀ ਤਕੜੀ ਆ ਵਿਚਾਰੀ ਧਨ ਜਿਗਰਾ ਉਹਦਾ ਜਿਹੜਾ 2.5 ਲੱਖ ਰੁਪਇਆ ਚੁੱਪ ਕਰ ਗਿਆ ਚੱਲ ਮੈਂ ਤੈਨੂੰ ਆਇਆ ਨੀ ਸਾਰਾ ਕੁਛ ਹੋਇਆ ਨਿਬੜਿਆ ਹਨਾ ਨਾਲੇ ਤੂੰ ਜਾ ਤੇ ਨਾਲੇ ਮੈਂ ਆਪੇ ਬਗ ਦੂੰਗੀ ਮੈਂ ਤਾਂ ਜਮਾ ਨੀ ਜਾਂਦੀ ਤੂੰ ਕਹਣਾ ਮੈਨੂੰ ਕੱਢਣ ਵਾਲੀ ਮੈਂ ਤੈਨੂੰ ਕੱਢ ਕੇ ਜਾਉ ਨਾ ਮੈਨੂੰ ਕਹਣਾ ਕੱਢਣ ਵਾਲਾ ਤੈਨੂੰ ਤੇ ਹੁਣ ਤਾਂ ਤੂੰ ਭੱਜਣ ਨੂੰ ਤਿਆਰ ਸੀ ਮੈਂ ਤਾਂ ਉਹਦੇ ਨਾਲ ਕੋਲ ਜਾਂਦੀ ਸੀ ਮੈਂ ਕਿਹਾ ਨਾ ਜਾਨੀ ਆ ਜੀ ਮੈਂ ਨਾ ਮੈਨੂੰ ਕਿਹੜਾ ਤੂੰ ਰੋਟੀਆਂ ਪਕਾ ਕੇ ਖਵਾਉਣੀ ਤੂੰ ਜਾ ਕਹਿਨੀ ਆਹੋ ਫਿਰ ਤੂੰ ਵੀ ਕਿੱਦਾਂ ਦਾ ਹਿੱਡਾ ਲਾਏਗਾ ਤੂੰ ਨਹੀਂ ਜਾ ਸਕਦੀ ਹਿੱਡਾ ਤੇਰੇ ਤੈਨੂੰ ਰੋਣ ਨੂੰ ਨਾ ਆਇਆ ਤੈਨੂੰ ਰੋਣੀ ਆ ਬਹਿ ਕੇ ਮੈਂ ਨਹੀਂ ਫਿਰ ਜਾਂਦੀ ਗੀ ਤੂੰ ਆਪਦਾ ਘਰ ਸਾਂਭ ਬਹਿ ਜਾ ਅਗਲੀ ਆ ਜੂਗੀ ਇੱਥੇ ਨਵੇੜਾ ਤੇਰਾ 5 ਮਿੰਟਾਂ ਚ 5-7 ਮਿੰਟਾਂ ਚ ਉਹ ਘਰੇ ਵਗ ਗਿਆ ਹੋਣਾ ਵਿਚਾਰਾ ਤੇ ਹੁਣ ਨਿਬੜ ਜੂਗੀ ਸਾਰੀ ਕਹਾਣੀ ਤੈਨੂੰ ਪਤਾ ਲੱਗ ਜੂਗਾ ਤੈਨੂੰ ਤੇ ਵੱਧ ਘੱਟ ਬੋਲਣ ਦੀ ਲੋੜ ਨਹੀਂ ਜਾਂ ਕੋਈ ਨਾ ਮਾਪੇ ਨੂੰ ਮਿਲ ਲੂੰਗੀ ਸੁਣਮਾ ਸੀ ਕੋਈ ਤੈਨੂੰ ਕੁੱਤੇ ਕੋਈ ਤੇਰੀ ਗੁਦਰੀ ਫੜੇ ਕੋਈ ਤੇਰੀ ਲੱਤ ਤੋੜੇ ਬਾਹ ਤੋੜੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਇਸ ਤਰ੍ਹਾਂ ਅੰਦਰ ਬਾਹਰ ਡਾ ਕੇ ਬਹਿ ਜਾਂਗੇ ਕੋਈ ਨਹੀਂ ਬਾਈ ਤੂੰ ਅੰਦਰ ਬਹਿ ਜਾ ਹਾਂ ਹੋਰ ਕੀ ਆ ਫਿਰ ਲੋਕੀ ਗੱਲਾਂ ਕਰ ਗੱਲਾਂ ਕਰ ਦੂੰਗਾ ਫਿਰ ਦੂੰਗਾ ਫੜ ਜਾ ਤੈਨੂੰ ਮੈਂ ਦੱਸਦਾ ਕਰਦੀ ਕੀ ਕੁਛ ਕਰਦੀ ਆ ਤੂੰ ਹੈਂ ਕੀ ਹੋ ਗਿਆ ਮੈਂ 2 ਦਿਨ ਬਾਹਰ ਕੀ ਗਿਆ ਤੇ ਤੂੰ ਇੱਥੇ ਕੀ ਕੁਛ ਕਰਦੀ ਫਿਰਦੀ ਆ ਆਪਣੀ ਗੱਲ ਤੇ ਚੁੰਨੀ ਲੈ ਕੀ ਕੀਤਾ ਤੇ ਤੂੰ ਮਿੱਟੀ 'ਚ ਰੋਲਦੀ ਫਿਰਦੀ ਆ ਸਾਰੀ ਕਾਹਦੇ ਪਿੱਛੇ ਲੜੀ ਆ ਮਾਸੀ ਨਾਲ ਦੱਸ ਮੈਂ ਤਾਂ ਕੁਛ ਨਹੀਂ ਕੀਤਾ ਪਰ ਭਾਗ ਗਈ ਤੂੰ ਹੋਰ ਆ ਹੋਰ ਕੀ ਕਾਹਨ ਯਾਰਾ ਹੱਦੇ ਨੂੰ ਕਾਹਨ ਯਾਰਾ ਕੌਣ ਮਰ ਜੂ ਐ ਦੀ ਫਿਰਦੀ ਆ ਮਾਸੀ ਨਾਲ ਇਹ ਮਾਸੀ ਤਾਂ ਬਾਲੀ ਸ਼ਹਿਰ ਆ ਬਈ ਕਿਉਂ ਲੜਾਈ ਜਾਂਦੇ ਹੋਣੀ ਇਹਨਾਂ ਨੂੰ ਇਹਨੇ ਪਹਿਲਾਂ ਕੁਛ ਕਿਹਾ ਹੋਊਗਾ ਮਾਸੀ ਪਤਾ ਨਹੀਂ ਉਹਨੂੰ ਬਾੜੇ ਤੇ ਬਾੜੇ ਤੇ ਗਈ ਉਧਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਸਾਡੀ ਪਹਿਲਾਂ ਵਾਲੀ ਵੀਡੀਓ ਤੇ ਕਮੈਂਟਾਂ ਦੇ ਨਾਮ ਬੋਲਣ ਜਾ ਰਹੀ ਹਾਂ ਰਤਨ ਮਾਨ ਜਸਪ੍ਰੀਤ ਕੌਰ ਜਸਪ੍ਰੀਤ ਮਨਜੀਤ ਕੌਰ ਸਿੱਧੂ ਗੁਰਦੀਪ ਸਿੰਘ ਰਵਿੰਦਰ ਕਾਰੂ ਈਤ ਸਿੰਘ ਰਣਜੀਤ ਸਿੰਘ ਖੰਗੂਰਾ ਹਰਜਿੰਦਰ ਪੁਰਵਾ ਮਾਨ ਬੋਇਸ ਹਾਂਜੀ ਇਹ ਸਾਡੀ ਪਹਿਲਾਂ ਵਾਲੀ ਵੀਡੀਓ 'ਤੇ ਆਏ ਕਮੈਂਟਾਂ ਦੇ ਨਾਮ ਹਨ ਜਿਨ੍ਹਾਂ ਦੇ ਇਹ ਵੀਡੀਓ 'ਚ ਜਿਨ੍ਹਾਂ ਦੇ ਕਮੈਂਟ ਬੋਲਣ ਵਾਲੇ ਰਹਿ ਗਏ ਉਹਨਾਂ ਦੇ ਕਮੈਂਟ ਅਸੀਂ ਅਗਲੀ ਵੀਡੀਓ 'ਚ ਜ਼ਰੂਰ ਬੋਲਾਂਗੇ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਅਤੇ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ।